तुसी बैंक दे विच कोई पैसा जमा कराउने हो तां उसनू 7 साल लग जांदे ने दुगणा होण नू, पर जे तुसी एक बूटा जिहड़ा कि साल दे विच 3-4 गुणा वध जांदा ते जिहड़ा 100 वाला बूटा थोड़ा 300 बन जांदा, कोई ऐसा धंधा नहीं जिहड़ा साल दे विच दुगणी आमदन दिंदा होवे। मैनू जिहड़ा हैगा मुनाफा उह काफ़ी वधिया होया 2 कनालां दे विचों, ते फिर मैं सोचिया भी क्यों ना इहनू भी आपां हौली हौली वधाईए खेती नू, मतलब हौली हौली वधाया ना कि इकट्ठे ही स्टैप पट्टे, ते 2 कनालां तों बाद फिर 1 एकड़ फिर 3 एकड़ फिर 5। ਜਿਹੜਾ ਤੁਸੀਂ ਸੀਡ ਪ੍ਰੋਡਕਸ਼ਨ ਦੀ ਗੱਲ ਕੀਤੀ, ਬੀਜ ਪੈਦਾ ਕਰਨੇ ਫੁੱਲਾਂ ਦੇ, ਇਹ ਕਿਵੇਂ ਜਿਹੜਾ ਕਿਸਾਨ ਹੈ ਉਹਨੂੰ ਇਹਦੇ ਵਿੱਚ ਕਿਸ ਤਰੀਕੇ ਨਾਲ ਅਤੇ ਕਿੰਨਾ ਕੁ ਫਾਇਦਾ ਹੋ ਸਕਦਾ? ਇਹਦੀ ਆਮਦਨ ਆ ਜਿਹੜੀ ਇਹ ਕਰੀਬ ਜਿੱਦਾਂ ਜੇ ਸ਼ੁਰੂਆਤੀ ਕਰ ਲਈਏ ਆਪਾਂ ਕਣਕ ਨਾਲੋਂ ਦੁੱਗਣੀ ਤੋਂ ਸਟਾਰਟ ਹੋ ਜਾਂਦੀ ਆ, ਮਤਲਬ ਮੋਟੇ ਤੌਰ 'ਤੇ ਜਿਹੜੀ ਐਵਰੇਜ ਹੀ ਆਪਾਂ ਲਾਉਂਦੇ ਹਾਂ ਸ਼ੁਰੂਆਤੀ ਉਹ 80,000 ਤੋਂ ਲੈ ਕੇ 1 ਲੱਖ ਦੇ ਵਿੱਚ ਜਿਹੜੀ ਹੈਗੀ ਆ ਉਹ ਆਪਾਂ ਨੂੰ ਆਮਦਨ ਹੋ ਜਾਂਦੀ ਹੈ ਪਰ ਏਕੜ ਦੇ ਵਿੱਚੋਂ। ਰਿਸਕ ਇਹਦੇ 'ਚ ਕੋਈ ਨਹੀਂ ਹੈਗਾ ਕਿਉਂਕਿ ਉਹ ਵੇਚਣ ਦੀ ਅਸੀਂ ਪਹਿਲਾਂ ਹੀ ਹੁੰਦਾ, ਸਾਡੇ ਕੋਲ ਉਹਦਾ ਆਰਡਰ ਆਇਆ ਹੁੰਦਾ, ਅਸੀਂ ਉਨਾ ਹੀ ਖੇਤ ਭਜਵਾਉਣੇ ਨੇ ਜਿੰਨੇ ਸਾਡੇ ਕੋਲ ਆਰਡਰ ਹੈਗਾ। ਬਾਹਰਲੀਆਂ ਕੰਪਨੀਆਂ ਸਾਨੂੰ ਸੀਡ ਪ੍ਰੋਡਕਸ਼ਨ ਦਾ ਪ੍ਰੋਗਰਾਮ ਦੇ ਰਹੀਆਂ ਨੇ ਅਤੇ ਇੱਥੇ ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਦੇ ਖੇਤਾਂ ਦੇ ਉੱਤੇ ਬੀਜ ਬਣ ਕੇ ਉਹ ਵਾਪਸ ਉਹਨਾਂ ਕੰਪਨੀਆਂ ਨੂੰ ਬਾਹਰਲੇ ਦੇਸ਼ਾਂ ਨੂੰ ਵਾਪਸ ਚਲੇ ਜਾਂਦਾ। ਤੁਹਾਨੂੰ ਇਸ ਦੇ ਵਿੱਚ ਫੁੱਲਾਂ ਦਾ ਰੇਟ ਪਹਿਲਾਂ ਦੱਸਿਆ ਜਾਂਦਾ ਖੇਤੀ ਤੋਂ ਪਹਿਲਾਂ, ਅਤੇ ਇਸ ਕਰਕੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਸ ਦੇ ਵਿੱਚ ਸਾਨੂੰ ਕੀ ਕਿੰਨਾ ਕੁ ਮੁਨਾਫਾ ਹੋਣ ਵਾਲਾ ਹੈ। ਸਾਡਾ ਜਿਹੜਾ ਦੂਜੀਆਂ ਕੰਪਨੀਆਂ ਨਾਲੋਂ ਫਰਕ ਇਹੀ ਆ ਕਿਉਂਕਿ ਅਸੀਂ 2 ਕਨਾਲਾਂ ਤੋਂ ਉੱਠ ਕੇ 125 ਏਕੜ 'ਤੇ ਪਹੁੰਚੇ ਹਾਂ ਔਰ 15-16 ਸਾਲ ਲੱਗੇ ਨੇ ਉਹਨੂੰ। ਜਿੰਨੀ ਕਿਸਾਨ ਨੇ ਉਹਦੀ ਦੇਖਭਾਲ ਕਰਨੀ ਆ ਉਨੀ ਉਹ ਅਸੀਂ ਕਰਨੀ ਆ, ਮੌਕੇ 'ਤੇ ਕਿਸਾਨ ਨੂੰ ਪੂਰੀ ਗਾਈਡੈਂਸ ਦੇਵਾਂਗੇ, ਟੈਕਨੀਕਲ ਕੋਈ ਜਾਣਕਾਰੀ ਉਹ ਦੇਵਾਂਗੇ, ਕਿੱਦਾਂ ਬੀਜਣਾ ਹੈ, ਕਿੱਦਾਂ ਇਹਨੂੰ ਸਾਂਭਣਾ, ਕਿੱਦਾਂ ਹਾਰਵੈਸਟ ਕਰਨਾ, ਕਿੱਦਾਂ ਸਾਫ਼ ਕਰਨਾ, ਉਹ ਸਾਰਾ ਪ੍ਰੋਪਰ ਉਹਨੂੰ ਅਸੀਂ ਦੱਸਾਂਗੇ ਅਤੇ ਟਾਈਮ ਟੂ ਟਾਈਮ ਜਿਹੜਾ ਹੈਗਾ ਉਹਦੇ ਖੇਤਾਂ ਦੇ ਵਿੱਚ ਵੇਸਟ ਵੀ ਕਰਾਂਗੇ। ਬਹੁਤ ਸਾਰੇ ਕਿਸਾਨ ਨੇ ਸਾਨੂੰ ਆਉਂਦੇ ਨੇ ਫੋਨ ਆਉਂਦੇ ਨੇ ਵੀ ਮੈਂ 4 ਏਕੜ ਲਾਉਣੇ ਆ 5 ਏਕੜ ਲਾਉਣੇ ਆ, ਪਰ ਨਹੀਂ ਅਸੀਂ ਜਵਾਬ ਦੇ ਦਿੰਦੇ ਹਾਂ ਵੀ ਜੇ ਕਿਸਾਨ ਸਮਝਦਾ ਇਹ ਗੱਲ ਨੂੰ ਫਿਰ ਤਾਂ ਠੀਕ ਆ, ਨਹੀਂ ਉਹਨਾਂ ਨੂੰ ਕਹਿ ਦਿੰਦੇ ਵੀ ਹੋਰ ਕੰਪਨੀਆਂ ਬਹੁਤ ਨੇ ਤੁਸੀਂ ਉਹਨਾਂ ਨਾਲ ਕਰ ਲਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ। ਪਹਿਲੀ ਗੱਲ ਤਾਂ ਇਹ ਕਿ ਅਸੀਂ ਆਏ ਸੀ ਇੱਥੇ ਜਲੰਧਰ LPU ਦੇ ਵਿੱਚ, ਉੱਥੇ ਡਾਕਟਰ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ, ਉਹ ਡੀਨ ਨੇ ਐਗਰੀਕਲਚਰ ਦੇ। ਅੱਜ ਆਪਾਂ ਗੱਲਬਾਤ ਕਰਾਂਗੇ ਫੁੱਲਾਂ ਦੀ ਖੇਤੀ ਬਾਰੇ, ਜਿਹੜੀ ਫੁੱਲਾਂ ਦੀ ਖੇਤੀ ਆ ਉਹ ਕਿਵੇਂ ਜਿਹੜੇ ਕਿਸਾਨਾਂ ਲਈ ਵਧੀਆ ਹੋ ਸਕਦੀ ਹੈ, ਕਿਵੇਂ ਉਹਦੇ 'ਚ ਉਹ ਕਮਾਈ ਕਰ ਸਕਦੇ ਆ। ਆਮ ਤੌਰ 'ਤੇ ਜਿਹੜੇ ਫੁੱਲ ਆ ਉਹ ਸਿੱਧੇ ਤੌਰ 'ਤੇ ਵਿਕਦੇ ਆ ਬਾਜ਼ਾਰਾਂ ਦੇ ਵਿੱਚ। ਕਿਸਾਨ ਵੀਰੋ, ਅੱਜ ਦਾ ਜੋ ਅਸੀਂ ਮੁੱਖ ਵਿਸ਼ਾ ਜਿਸ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ, ਸਾਡਾ ਹੈ ਫੁੱਲਾਂ ਦੀ ਕਾਸ਼ਤ, ਫੁੱਲਾਂ ਦੀ ਕੀ ਮਹੱਤਤਾ ਹੈ ਅਤੇ ਕਿਸ ਤਰ੍ਹਾਂ ਸਾਡੇ ਕਿਸਾਨ ਵੀਰਾਂ ਲਈ ਇਹ ਲਾਹੇਵੰਦ ਹੋ ਸਕਦੀ ਹੈ ਪੰਜਾਬ ਦੇ ਵਿੱਚ ਇਸ ਦੀ ਖੇਤੀ, ਅਤੇ ਇਸ ਦੇ ਸੰਬੰਧੀ ਆਪਾਂ ਜਿਹੜਾ ਅੱਜ ਗੱਲਬਾਤ ਕਰ ਰਹੇ ਹਾਂ। ਜਿੱਥੇ ਤੱਕ ਫੁੱਲਾਂ ਦੀ ਖੇਤੀ ਦਾ ਸਵਾਲ ਹੈ, ਫੁੱਲਾਂ ਦੀ ਖੇਤੀ ਦੇ ਕਈ ਅੰਗ ਨੇ ਅਤੇ ਇਹਦੇ ਵੱਖ ਵੱਖ ਹਿੱਸੇ ਨੇ, ਜਿਹੜੇ ਕਿ ਜਿਸ ਤਰ੍ਹਾਂ ਕਿ ਕੱਟ ਫਲਾਵਰ ਦੇ ਵਿੱਚ ਆਉਂਦਾ ਹੈ ਜਿਹੜੇ ਲੰਬੀ ਡੰਡੀ ਵਾਲੇ ਫੁੱਲ ਹੁੰਦੇ ਨੇ, ਅਤੇ ਜਿਸ ਤਰ੍ਹਾਂ ਕਿ ਗਲੈਡੂਲਸ, ਗੁਲਾਬ, ਜਰਬਰਾ, ਕਾਰਨੇਸ਼ਨ, ਲੀਲੀ, ਇਸ ਤਰ੍ਹਾਂ ਦੇ ਫੁੱਲ ਆਉਂਦੇ ਨੇ। ਅਤੇ ਇੱਕ ਉਸ ਤੋਂ ਬਾਅਦ ਹੁੰਦਾ ਸਾਡਾ ਲੂਜ਼ ਫਲਾਵਰ ਜਿਹੜੇ ਖੁੱਲ੍ਹੇ ਫੁੱਲ ਜਿਹੜੇ ਵਿਕਦੇ ਨੇ, ਜਿਸ ਤਰ੍ਹਾਂ ਕਿ ਸਾਡਾ ਗੇਂਦਾ ਅਤੇ ਸਾਡੇ ਗਲੌਦੀ ਦੇ ਫੁੱਲ ਨੇ, ਅਤੇ ਹੋਰ ਸਾਡੇ ਐਸਟਰ ਦੇ ਫੁੱਲ ਨੇ ਜਿਨ੍ਹਾਂ ਨੂੰ ਅਸੀਂ ਖੁੱਲ੍ਹੇ ਤੌਰ 'ਤੇ ਹਾਰ ਬਣਾ ਕੇ ਜਿਨ੍ਹਾਂ ਦੀ ਗੇਤੀ ਹੁੰਦੀ ਹੈ, ਇਸ ਤਰ੍ਹਾਂ ਗੁਲਾਬ ਦੇ ਵੀ ਖੁੱਲ੍ਹੇ ਫੁੱਲ ਵਿਕਦੇ ਨੇ। ਅਤੇ ਇਸ ਤੋਂ ਬਿਨਾਂ ਸਾਡੇ ਖੁਸ਼ਕ ਫੁੱਲ ਵਿਕਦੇ ਨੇ ਜਿਨ੍ਹਾਂ ਨੂੰ ਸੁਕਾ ਕੇ ਫੁੱਲਾਂ ਨੂੰ ਵਰਤਿਆ ਜਾਂਦਾ। ਫਰਾਂਸ ਬਹੁਤ ਵੱਡੀ ਮੰਡੀ ਹੈ ਜਿਹੜੀ ਡਰਾਈ ਫਲਾਵਰਸ ਦੀ ਹੈ, ਅਤੇ ਜਿਹੜੇ ਸੁਕਾਏ ਹੋਏ ਫੁੱਲਾਂ ਦੀ ਜਿੱਥੇ ਖੇਤੀ ਹੁੰਦੀ ਹੈ। ਅਤੇ ਇਸ ਤੋਂ ਬਿਨਾਂ ਫੁੱਲਾਂ ਤੋਂ ਅਰਕ ਕੱਢਣਾ, ਫੁੱਲਾਂ ਤੋਂ ਪਰਫਿਊਮ ਬਣਾਉਣਾ, ਜਿਸ ਦੇ ਵਿੱਚ ਸਾਡਾ ਗੁਲਾਬ ਅਤੇ ਮੋਤੀਆ ਦੇ ਫੁੱਲ ਆਉਂਦੇ ਨੇ ਅਤੇ ਰਜਨੀਗੰਧਾ ਦੇ ਫੁੱਲ ਆਉਂਦੇ ਨੇ, ਉਹਨਾਂ ਤੋਂ ਉਹਨਾਂ ਦਾ ਅਤਰ ਬਣਾ ਕੇ, ਉਹਨਾਂ ਤੋਂ ਪਰਫਿਊਮ ਬਣਾ ਕੇ ਅਸੀਂ ਕਾਫੀ ਇਸ ਤੋਂ ਲਾਹਾ ਲੈ ਸਕਦੇ ਹਾਂ। ਇਹਨਾਂ ਦੇ ਵਿੱਚੋਂ ਜਿਹੜਾ ਗੁਲਾਬ ਹੈ, ਗੁਲਾਬ ਦੀ ਖੇਤੀ, ਗੁਲਾਬ ਦਾ ਪਰਫਿਊਮ ਕਿੰਨੇ ਤਰ੍ਹਾਂ ਸਾਡੇ ਲਈ ਲਾਹੇਮੰਦ ਹੈ ਕਿਉਂਕਿ ਉਸਦੇ ਅਤਰ ਦੀ ਕਿੰਨੀ ਵੈਲਿਊ ਹੈ, ਕਿੰਨੇ ਪ੍ਰੋਗਰਾਮਾਂ ਦੇ ਵਿੱਚ ਉਸਦੀ ਯੂਜ਼ ਹੋ ਰਿਹਾ। ਗੁਲਾਬ ਦਾ ਤਾਂ ਹਰ ਹਿੱਸਾ, ਉਹਦੀ ਪੰਖੜੀ ਵੀ ਕੰਮ ਹੈ, ਉਹਦਾ ਫੁੱਲ ਵੀ ਕੰਮ ਆਉਂਦਾ, ਉਹ ਤੋਂ ਗੁਲਕੰਦ ਬਣਦੀ ਹੈ, ਉਸ ਤੋਂ ਅਸੈਂਸ਼ੀਅਲ ਆਇਲ ਬਣਦੇ ਨੇ, ਤੇਲ ਬਣਦਾ, ਅਤੇ ਉਸ ਤੋਂ ਗੁਲਾਬ ਦਾ ਪਾਣੀ, ਗੁਲਾਬ ਵਾਟਰ, ਰੋਜ਼ ਵਾਟਰ ਵੀ ਜਿਹੜਾ ਆਪਣੇ ਬਾਜ਼ਾਰ ਦੇ ਵਿੱਚ ਤੁਸੀਂ ਮਿਲਦਾ। ਅਤੇ ਇਸ ਤਰ੍ਹਾਂ ਇਹ ਸਾਡੇ ਲਈ ਬਹੁਤ ਹੀ, ਸਾਡੀ ਇਸ ਦੀ ਖੇਤੀ ਜਿਹੜੀ ਹੈ ਕਾਫੀ ਲਾਹੇਵੰਦ ਹੈ। ਤੁਸੀਂ ਬੈਂਕ ਦੇ ਵਿੱਚ ਕੋਈ ਪੈਸਾ ਜਮ੍ਹਾਂ ਕਰਾਉਂਦੇ ਹੋ ਤਾਂ ਉਸ ਨੂੰ 7 ਸਾਲ ਲੱਗ ਜਾਂਦੇ ਨੇ ਦੁੱਗਣਾ ਹੋਣ ਨੂੰ, ਪਰ ਜੇ ਤੁਸੀਂ ਇੱਕ ਬੂਟਾ ਜਿਹੜਾ ਕਿ ਅੱਜ ਜਿਹੜਾ 20 ਰੁਪਏ ਦਾ
जे वो बड़ा हो जाता 40 का हो जाता, जो उस तो बड़ा होर हो जाता 60 का हो जाता, ये साल के 3-4 गुणा बढ़ जाता, तो जो 100 वाला बूटा थोड़ा 300 बन जाता। कोई ऐसा धंधा नहीं जो साल के दुगनी आमदन दिता हो, साडे फुल ही ने, क्योंकि फुल खूबसूरती लिए लाए जाते हैं, तो इस करके फैशन का कोई मुल नहीं हुंदा। ये साडे लिए हीरे जवाहरात का काम करते हैं, क्योंकि शौक साडा शौक का कोई मुल नहीं है, साडी खौत मशहूर है, तो इस करके इस दे विच किन्ना भी लोग खुशी दे लई शौक पूरा करन लई पैसा खर्चते हैं, तो इस करके साडे बेरोजगार नौजवान भरावां भैणां लई ये बहुत बड़ा लाहेवंद धंधा जिहड़ा है भी है, तो आने वाले समय दे विच होर लाभदायक साबित होगा, क्योंकि जिहड़ियां हुण बहुमंजिला इमारतां शुरू हो गई ने, मल्टी स्टोरीड कंपलैक्सिज आ गए ने, बहुमंजिलियां इमारतों लोग रहन लग गए ने, क्योंकि फुल बूटे लाने नूं जगह नहीं रही, इस करके साडे गमलों वाले बूटे ने जिहड़े उत्थां दीआं बालकोनियां ते उहनां दे घरां दी अंदरूनी जिहड़ी शान वधा सकदे ने, ते उस लई साडी इस करके इहनां नर्सरियां दा होर भी अज प्रचार ते उहदी महत्ता वधदी जा रही है, क्योंकि साडे कोले बूटे लाउण दी जगह थुड़दी जा रही है। पहलां सी सिंगल स्टोरी हाउसिस, हुण हो गए मल्टी स्टोरीड कंपलैक्सिस, तो इस करके इन बूटियां की जिहड़ी आ साडे बैंकां दे विच, साडियां इंडस्ट्रियां दे विच, ते साडियां जिन्नियां पोल्यूशन वालियां जगह ने, तो हर जगह के उत्ते साडे बूटे सड़कां दी लैंडस्केपिंग दे विच, ते इस करके नर्सरियां दा बिजनेस जिहड़ा बहुत ही लाहेवंद है, ते साडियां सरकार दीआं भी इहनां दे विच बहुत सारियां सहूलतां, साडी नर्सरियां खोलण लई सरकार भी इस दे विच काफ़ी सबसिडी दे रही है, ते महकमा हॉर्टीकल्चर जिहड़ा पंजाब दा बागवानी विभाग है उस नाल सानूं संपर्क रखना चाहिए करके, तां कि असीं उसका फायदा उठा सकीए। सब तो वड्डा जिहड़ा प्रोग्राम है फुल्लां दा बीज उत्पादन, ये फुल कल्ले साडे खूबसूरती लई नहीं लगदे, ये अजकल कणकां दी जगह दे उत्ते असीं ये खेतां दी शान तां वधाउंदे ही वधाउंदे ने, खूबसूरती वधाउंदे ही वधाउंदे ने, ते इहनां दे उत्तों काफ़ी सानूं फायदा मिलदा है। यही साडे फुल्लां दी जिहड़ी सीड प्रोडक्शन दी खेती है, यही ढुकवां समां, ते जे असीं इस मौके सही फुल्लां दी चोण कर लईए तां कि उहनां दा जिहड़ा बीज उत्पादन है उह साडे विदेशां दे विच पंजाब दे विचों पैदा हो के जा रिहा है, हॉलैंड दे विच जा रिहा, USA जा रिहा, जर्मनी जा, जापान जा रिहा, होर बहुत सारे जांदी साडे इस दी जिहड़ी इंग्लैंड जा रहा, बहुत सारे देशों के साडे वल्लों सीड जिहड़ा बन के पंजाब दे विच्चों बाहरलियां कंपनियां सानू सीड प्रोडक्शन का प्रोग्राम दे रही ने, ते इत्थे पंजाब दे विच साडे किसानां दे खेतां दे उत्ते बीज बन के वह वापस उन्हां कंपनियां नू बाहरले देशों वापस चले जाता है, तो इस करके साडी पंजाब दी इकोनमी दे विच उहनां दा बड़ा वड्डा योगदान है। साडे मैं किसान वीरां नू इह जरूर कहूँगा जिन्हां ने फुल्लां दी खेती बीज उत्पादन लई लाउणी है, वो अपने बारे पंजाब खेतीबाड़ी यूनिवर्सिटी लुधियाना बारे नाल अपना संपर्क बना के रखन, ता कि उन्होंने फुलों के चोण बारे पता लग सके किहड़े किहड़े फुल अजकल लग रहे ने। मैं थोड़ा गिलाड़िया लग रहा, कोरियोपसिस लग रहा, पटूनिया लग रहा, फलॉक्स लग रहा, एक्रोकलाइनम लग रहा, हैलीक्राइसम लग रहा, तो बरवीना लग रहा, होर नस्टरशियम लग रहा, होर बहुत सारे फुलों की खेती है जी अजकल होनी है तो हो रही है, तो इन्हों का बीज उत्पादन लई साडे किसान वीरां मैं फिर यही सुनेहा देना चाहूँगा कि इस दे लई जिहड़े बीज उत्पादन लई लाउणा चाहिए, क्योंकि ये श्योर थोड़ा बाईबैक है, क्योंकि तुहानू इस दे विच फुल्लां दा रेट पहलां दस्या जांदा खेती तो पहलां, तो इस करके तुहानू पता लग जांदा भी इस दे विच सानू की किन्ना मुनाफा होने वाला है। भाई गुरविंदर सिंह सोही जिहड़े ने उन्होंने किसानां नू दे नाल मिल के फुल्लां तो ही चंगी कमाई करन दा एक बहुत सोहना तरीका जिहड़ा हैगा उन्होंने दस्या, तो आपां नूं थोनू भी सारिआं नूं दस्सणगे, आपां उहनां नाल गलबात करदे हां। सब तो पहलां भाई सत श्री अकाल जी, होर भाई वधिया स्वागत है जी। भाई ये दसो भी कि जिवें पहलां तुसीं करदे हो लगभग मैनूं लगदा 14-15 साल उदों तो लैके हुण तक दा तजर्बा किवें रहा फुल्लां दा, क्योंकि बहुत सारे जिहड़े आपणे सुणन वाले आ खास तौर पर मैं तुम्हें दसदा भी मैं खेतों तो आना हूँ भी जो सुनने वाले ना वो ऐ जिदा कह भी यार पेंट कोट पा के बह जाते सोफिया तो इन्होंने खेतीबाड़ी का की पता तो मैं उन्होंने जोड़े लोग अपने बेचारे उन्होंने तुम दसो भी थोड़ा तजर्बा किमें रहा जो 14-15 साल। मेरा तजर्बा जोड़ा वो किसान भरा वो बड़ा वधिया रहा। मैं 2008 जे मैं थोड़ा पहला भी दसिया भी शुरू की आप दो कनाल के रकबे तो शुरू की फुलों की खेती, तो जोड़ा हैगा ये फसलां जिहड़ियां हैगियां ने फुल्लां दीयां इह सर्दियां दीयां फसलां ने सारियां इह। अच्छा। ये कणक दा वधिया बदल हैगियां ने मतलब झोने तो बाद हुंदियां सारियां फसलां इह, ते मैनूं जिहड़ा हैगा मुनाफा उह काफ़ी वधिया होया दो कनालां दे विचों, ते फिर मैं सोचिया भी क्यों ना इहनूं भी आपां हौली हौली वधाईए खेती नूं, मतलब हौली हौली वधाया ना कि इकट्ठे ही स्टैप पट्टे, ते दो कनालां तों बाद फिर एक एकड़ फिर 3 एकड़ फिर 5, तो हौली हौली फिर पहला आप कट फलावर तो लूज फलावर बेचते सके, तो फिर सीड प्रोडक्शन वाले पासे आ गए, तो
हौली हौली उन्हों भी बधाते हुए मतलब कद दो एकड़ फिर पांच फिर सत्त वो इतने इंडियन कंपनियां भी सेल करते होंगे सीड आप उन्होंने तैयार करके तो हूँ इस साल तो आपने जोड़ा है आप बाहर जो फुलों का बीज एक्सपोर्ट कर स्टार्ट किया उही आप अज जी गलबात जो मेन अपना हो है मुद्दा वो यही है क्योंकि चलो थोड़ा जो बैकग्राउंड से भी आप थोड़ा जो करना सर आप किस दिन फिर विस्तार न गल करेंगे हाँ जी तो ये हूँ जानकारी भरपूर होनी चाहिए त करके मैं एक गल दसो भी ये जिहड़ा तुसीं सीड प्रोडक्शन की गल की बीज पैदा करने फुलां दे ये किवें जिहड़ा किसान है उन्हूं इहदे विच किस तरीके नाल ते किन्ना क फायदा हो सकदा है दूसरियां फसलां दे मुकाबले। पहला मैं दसना चाहुंदा वी आपां सीड प्रोडक्शन वाले पासे क्यों आउंदे आ ते क्यों करदे आ। पंजाब दा जिहड़ा क्लाइमेट आ उह फुल्लां दी खेती वास्ते जां किसी भी फसल दा बीज बनाउण वास्ते बहुत ही ज़्यादा वधिया इत्थे दा पानी इत्थे दी हवा इत्थे दा मौसम इत्थे दा टैंपरेचर तो उदे करके ना ये जिहड़ा हैगा बाहर दियां काफ़ी कंपनियां इत्थों ना सीड तैयार करवा के इंपोर्ट कर दें अपने मुल्क लैके जांदियां ने क्यों फुल हुंदा सारी दुनिया दे विच पर सीड हर जगह नहीं बनता है। अच्छा हाँ मतलब आपां इस चीज़ का बड़ा बड़ा बेनीफिट आ अपने मुल्क वास्ते जां अपने पंजाब वास्ते जां अपने किसानां वास्ते कह सकते हैं भी वो अपने ते निर्भर ने वो इत्थों सीड तैयार करवा के उत्थे लैके जांदे ने। अच्छा हाँ सो इसे करके जिवें पहला मैं दस्सिया भी सर्दियों के तैयार होंगे ने सर्दियों की फसल है। किहड़े मुल्क दे विच ज़्यादा बिकदा है? ये यूरोप दे विच अमेरिका च आस्ट्रेलिया जापान सारे पूरी दुनिया के जाता है सीड है जिहड़ा। आमदन बारे जरूर दसो किसानों को कितना। हाँ जी ये आमदन हैगी है जी जिमें मैं दसिया कणक का ज होर सर्दियों फसलों का बड़ा वधिया बदल आ तो यदि आमदन आ जी करीब जिदा जो शुरुआती कर ली आप कणक नो दुगनी तो स्टार्ट हो जाती है। अच्छा मतलब जो पैसों चलाइए तो 70-80 हज़ार तो फिर ये होंगे वरायटिया ने बहुत सारिया वरायटिया ने वो डिपेंड करता भी आप इनकम की भी कि वरायटी लाई हुई है वो वरायटी निर्भर करती है तो फार्मर से निर्भर करती है भी मतलब जे आप लाइए तो 4 गुणा 5 गुणा तक भी काफ़ी वरायटियां है जी कणक तो आपको आमदन दे जाती है। अच्छा मतलब मोटे तौर पर जी एवरेज ही आप लाने शुरुआती वो 80 हज़ार तो लैके 1 लाख के बिच बिच जी हैगी आमदन हो जाती है पर एकड़ बिल्कुल। ये फिर एक भाई सब तो वड्डा सवाल तो यही है ना जिवें आप वैसे गल करिए करते आ रहे हो बिल्कुल मतलब आपां समझाउण दी भी आपां कोशिश करदे आं किसानां नूं अपने नालों वध तजर्बेकार है ना खेतीबाड़ी दे विच पर उह बेचारे रिस्क नहीं लैणा चाहुंदे तुहानूं पता होगा उह इक उहनां नूं ऐ लगदा भी यार जिहड़ा चली जांदा उह चलण दिओ कुछ भी थोड़ा जिहा बदलाव करांगे तो जे कोई गलबात होगी इहो जी तां मंझ जावां क्योंकि एक रिस एक छोटा जिहा रिस्क भी उहनां लई बहुत वड्डा नहीं ये रिस्क कोई नहीं है मतलब आप 0% भी कह सकते हैं भी जिदा आप कणक की खेती करते उवें ही इहदी आ कोई ना तो यदि कोई मार्केटिंग की कोई चक्कर आ ना यू कोई बहुत बीमारियां पैदा ने ना किसान ने जिदा मार्केटिंग करें ना कोई बेचण का है भी जिदा कणक का आपको पता भी सा 1925 या 1960 रुपये या झोने का रेट जो भी है कणक का वो रेट पर बिक जाना उस तरह ही यह फुलों दरायटियां ने वो किसान पहला पता होंगे वरायटी का भी जो किसी गल करता जा ला मान लो साढ़े गल करता असं उन्होंने पहला दस दें भी आह वरायटी आ यदा आह रेट होगा अंदाजन वह झाड़ यह होंगे एवरेज झाड़ जोड़ा है वो फिर किसान पर निर्भर करता भी वो मेहनत किन्नी करता वेद किन्ना क ध्यान दिता फिर तुम उस झाड़ के हिसाब झाड़ के हिसाब असं दस दें मतलब रिस्क कोई नहीं है क्योंकि वो बेचण की असं पहले ही होंगे साढ़े को ऑर्डर आया हों उन्ना ही खेत भजवाने ने जिन्ने साढ़े को ऑर्डर है। हाँ जी रिस्क 0% है किसान के किसान का जोड़ा है वो मन के वहम आ सिर्फ ये क्योंकि वो पहला धोखे बहुत हुए हुए हैं कदे कोई कंपनी आ जाती कद पहले मैं शुरू के मेरे नाल भी हुए ने बासमती असी 11-21 शुरू के लाई थी जो पंजाब आई हो भी होया तो होर आप पता नहीं किन्ने कदे अपने चंदन की खेती वाले आ जाते हैं कदे सागवान वाले आ जाते हैं कदे कोई आ जाता फिर इमू वाले आ गए एक बार मतलब किसान नाल धोखे होंदे रहिंदे ने भी कोई शक नहीं उन्हां गल्लां करके किसान के मन के डर आ रिस्क ये कोई नहीं है सिर्फ वो किसान जो है डर कढ़ना पैना अपने मन के जिदा कणक की खेती उदा ही यदी आई कि रकबा जोड़ा है इस बार सोचा मिथ्या होया भी इन्ना किसानों के नाल मिल के करोगे साढ़े को इस बार है 125 एकड़ का है ऑर्डर साढ़े को। अच्छा हाँ जी मतलब जो ऑलरेडी ऑर्डर आ गया ऑर्डर आ चुके साढ़े को। हाँ जी हाँ बिल्कुल ये किसान जोड़े है जे किसी को मन के चलो 4 किले जमीन है 5 किले जमीन है जी इदा भी है भी तुम उन्होंने कह दो भी तुम भाई अद्धा किला ला के देख ला जा किला ला के देख ला जे थोड़ा सैटिंग बिल्कुल साडा जिहड़ा दूजिया कंपनियों नालों फर्क यही आ क्योंकि असी 2 कनाला तो उठ के 125 एकड़ पहुंचे हाँ और 15-16 साल लगे ने उन्होंने बिल्कुल ठीक है नहीं दूजिया कंपनियां वागू असी सपने नहीं दिखाने है भी 2 लाख का किला होजूगा 1.5 लाख का किला होजूगा थोड़ू घर बैठे नू आ कुछ हो जाना वो सपने नहीं असी दिखाने है कम घट कर लाँगे तो ये जी हैगी दूजी गल भी
जिन्नी क किसान की ये लोड़ हैगी उन्नी लोड़ सानू भी हैगी। हाँ बिल्कुल, असी बाहरों ऑर्डर लिया हों उन्ने के असी खेत बजवाने ने, जिनी किसान की देखभाल करनी है उन्नी असी करनी है। मौके पर किसान पूरी गाइडेंस देवे, टैक्नीकल कोई जानकारी वह देवे, किदा बीजना है, किदा इनू सामभना, किदा हारवेस्ट करना, किदा साफ करना, वो सारा प्रॉपर उन्होंने असं दसा तो बा टाइम टू टाइम जो है वो खेतों के विजिट भी करा। मतलब साड़ी होगी वह किसान की, वो कोई इन्नी उन्होंने डरन की लड़ नहीं होंगी हैगी। ये फिर थोड़े तक किमें पहुँचूगा वो सीधे तौर के उत्ते, बीज किमें प्रोसैसिंग आप करोगे वो? हाँ जी, जिदा मशीन पहले तो मोटा मोटा खेत के ही आप साफ कर लें, तो फिर वह जोड़ा है मेन फिर मशीन जिदा आप मंडिया के पखे ला के नहीं साफ करते कणक आप सेम उ प्रोसैस है। जो किसान आम कितों तक होगा? ਉਹਦਾ ਕੰਮ ਉਹਦਾ ਹੈਗਾ ਜਿੱਦਾਂ ਬੀਜ ਲਾਉਣ ਤੋਂ ਲੈ ਕੇ ਬੀਜ ਵੱਢਣ ਤੱਕ, ਬਸ ਉਹ ਖੇਤ ਦੀ ਸਾਂਭ ਸੰਭਾਲ ਸਾਰੀ ਉਹਨੇ ਕਰਨੀ ਆ। ਉਸ ਤੋਂ ਬਾਅਦ ਤੁਸੀਂ ਲੈ ਜਾਣਾ? ਉਸ ਤੋਂ ਬਾਅਦ ਅਸੀਂ ਲੈ ਲੈਣਾ ਉਹ, ਤੇ ਉਹਨੂੰ ਸਾਫ਼ ਕਰਕੇ ਜਿੰਨਾ ਵੀ ਉਹਦਾ ਵੇਟ ਹੋਊਗਾ ਉਹਦੀ ਜਿਹੜੀ ਹੈਗੀ ਆ ਪੇਮੈਂਟ ਉਹਦੀ ਆਪਾਂ ਨੂੰ ਦੇ ਦੇਣੀ ਆ ਕਿਸਾਨ ਨੂੰ ਦੇ। ਹਾਂਜੀ, ਸਹੀ ਗੱਲ ਆ, ਬਿਲਕੁਲ। ਤੇ ਇਹ ਜਿਹੜਾ ਕਿਸਾਨ ਹੈ, ਜਿਵੇਂ ਤੁਸੀਂ ਖਮਾਣੋ ਕੋਲ ਆਪਣਾ ਪਿੰਡ ਆ, ਹੈ ਨਾ, ਪੰਜਾਬ ਦੇ ਵਿੱਚ ਤੁਸੀਂ ਕਿੱਥੋਂ ਤੱਕ ਏਰੀਆ ਕਵਰ ਕਰਦੇ ਹੋ? ਜਿਵੇਂ ਤੁਸੀਂ ਐਂ ਸਮਝ ਲਓ ਵੀ ਤੁਸੀਂ ਕਹਿਣਾ ਵੀ ਮੈਂ ਲੁਧਿਆਣੇ ਤੋਂ ਜਾਂ। ਹਾਂਜੀ ਹਾਂ, ਨਹੀਂ ਨਹੀਂ ਸਾਰਾ ਹੀ ਪੰਜਾਬ ਹਰਿਆਣੇ ਦੇ ਫਾਰਮਰ ਵੀ ਹੈਗੇ ਆਪਣੇ ਨਾਲ, ਕਿਉਂਕਿ ਮੈਨੂੰ ਫੁੱਲਾਂ ਦੀ ਖੇਤੀ ਕਰਦੇ ਨੂੰ 14-15 ਸਾਲ ਹੋ ਗਏ, ਅਤੇ ਮੈਂ ਜਿਹੜੀ ਪੰਜਾਬ ਦੀ ਫਲਾਵਰ ਗਰੋਅਰ ਐਸੋਸੀਏਸ਼ਨ ਆ, PAU ਦਾ ਫਲਾਵਰ ਗਰੋਅਰ ਕਲੱਬ ਆ, ਜਿੱਦਾਂ ਪੰਜਾਬ ਕਿਸਾਨ ਕਲੱਬ ਨਹੀਂ ਬਣਿਆ ਹੋਇਆ PAU ਦਾ, ਹਾਂਜੀ ਹਾਂਜੀ, ਉੱਦਾਂ ਹੀ ਸਾਡਾ ਫੁੱਲਾਂ ਦੀ ਖੇਤੀ ਵਾਲਿਆਂ ਦਾ ਕਲੱਬ ਬਣਿਆ ਹੋਇਆ, ਉਹਦਾ ਪ੍ਰੈਜ਼ੀਡੈਂਟ ਆ ਮੈਂ। ਸੋ ਉਹਦੇ ਕਰਕੇ ਜਿਹੜੇ ਫਾਰਮਰ ਪਹਿਲਾਂ ਤੋਂ ਖੇਤੀ ਕਰ ਰਹੇ ਨੇ ਪੂਰੇ ਪੰਜਾਬ 'ਚੋਂ, ਹਰਿਆਣਾ 'ਚੋਂ ਵੀ ਹੈਗੇ ਨੇ ਸਾਰੇ, ਉਹ ਸਾਡੇ ਨਾਲ ਜੁੜੇ ਹੋਏ ਨੇ। ਹਾਂ, ਮਤਲਬ ਇਹ ਕੋਈ ਆਏ ਨਹੀਂ ਹੈਗਾ, ਏਰੀਆ ਨਹੀਂ ਹੈਗਾ ਵੀ ਕੋਈ ਉਹ, ਬਸ ਅਸੀਂ ਉਹ ਦੇਖ ਲੈਂਦੇ ਹਾਂ ਵੀ ਏਰੀਏ ਦੇ ਹਿਸਾਬ ਨਾਲ ਵੀ ਵਰਾਇਟੀ ਆਪਾਂ ਉੱਥੇ ਕਿਹੜੀ ਲਵਾਉਣੀ ਆ। ਅੱਛਾ, ਹਾਂ, ਏਰੀਏ ਦੇ ਹਿਸਾਬ ਨਾਲ ਵਰਾਇਟੀ ਡਿਵਾਈਡ ਕਰ ਦਿੰਦੇ ਹਾਂ, ਪਰ ਉਹ ਇਹ ਨਹੀਂ ਹੈਗਾ ਵੀ ਆਪਾਂ ਲੁਧਿਆਣੇ ਤੋਂ ਅੱਗੇ ਨਹੀਂ ਲਵਾਉਣਾ ਹੈਗਾ ਜਾਂ ਮੋਗੇ ਤੋਂ ਅੱਗੇ ਨਹੀਂ ਜਾਣਾ ਜਾਂ ਇੱਧਰ ਪਟਿਆਲੇ ਤੋਂ ਸਾਈਡ ਨਹੀਂ ਜਾਣਾ, ਉਹ ਕੋਈ ਲਿਮਿਟ ਨਹੀਂ, ਕਿਤੇ ਦਾ ਵੀ ਫਾਰਮਰ ਹੋਵੇ ਪੰਜਾਬ ਹਰਿਆਣੇ ਦੇ ਵਿੱਚ। ਤੁਹਾਡੇ ਕੋਲ ਚਲੋ ਜਿੰਨਾ ਆਰਡਰ ਆਇਆ ਇਹ ਵੀ ਚਲੋ ਠੀਕ ਹੈ ਗੱਲ, ਪਰ ਇਸ ਤੋਂ ਬਾਅਦ ਜੇਕਰ ਇੰਟਰਸਟ ਵੱਧ ਆਪਣੇ ਕਿਸਾਨਾਂ ਦਾ, ਹਾਂਜੀ ਹਾਂਜੀ, ਅਤੇ ਫਿਰ ਉਹਦੇ ਲਈ ਕਿਵੇਂ ਕਰਦੇ ਹੋ ਤੁਸੀਂ? ਮੰਨ ਕੇ ਚਲੋ ਤੁਹਾਡੇ ਕੋਲ 125 ਕਿੱਲਾ ਪੂਰਾ ਹੋ ਗਿਆ, ਫਿਰ ਉਹਨੂੰ ਜਵਾਬ ਹੈ ਵੀ ਅਗਲੀ ਵਾਰ ਕਰਾਂਗੇ ਜਾਂ ਕੁਛ ਹੋਰ? ਨਹੀਂ, ਉਹਦੇ 'ਚ ਇਸ ਤਰ੍ਹਾਂ ਹੁੰਦਾ ਸੀ, ਜਿਹੜਾ ਫਾਰਮਰ ਨੂੰ ਅਸੀਂ ਖੇਤੀ ਸ਼ੁਰੂ ਕਰਵਾਉਂਦੇ ਹਾਂ ਉਹ ਏਕੜਾਂ ਤੋਂ ਨਹੀਂ ਕਰਾਉਂਦੇ ਹੈਗੇ, ਮਤਲਬ ਕੋਈ 10 ਏਕੜ ਦੀ ਪਹਿਲਾਂ ਖੇਤੀ ਕਰ ਰਿਹਾ ਉਹਨੂੰ ਅਸੀਂ ਅੱਧਾ ਜਾਂ 1.25 ਏਕੜ ਹੀ ਕਹਿੰਦੇ ਹਾਂ ਵੀ ਤੂੰ ਇਸ ਵਾਰ ਲਾ, ਵੀ ਉਹਨੂੰ ਇੰਟਰਸਟ ਹੋਊਗਾ, ਉਹਨੂੰ ਵਿਸ਼ਵਾਸ ਹੋਊਗਾ ਫਾਰਮਰ ਨੂੰ ਸਾਡੇ 'ਤੇ, ਅਤੇ ਜਿਹੜੇ ਮਨ ਦੇ ਵਿੱਚ ਡਰ ਨੇ ਉਹ ਸਾਰੇ ਨਿਕਲ ਜਾਣਗੇ, ਅਤੇ ਉਹਨੂੰ ਇਨਕਮ ਦਾ ਪਤਾ ਲੱਗ ਜੂਗਾ ਵੀ ਉਹਦੇ 'ਚੋਂ ਇਨਕਮ ਕਿੰਨੀ ਹੋ ਰਹੀ ਆ, ਜਿਹੜੀਆਂ ਮਤਲਬ ਸਾਡੀਆਂ ਜਵਾਨੀ ਗੱਲਾਂ ਨੇ ਉਹ ਹਕੀਕਤ ਦੇ ਵਿੱਚ ਹੋ ਜਾਣਗੀਆਂ ਉਦੋਂ ਉਹ, ਅਤੇ ਉਹ ਫਿਰ ਅਸੀਂ ਅਗਲੇ ਸਾਲ ਫਿਰ ਕਿਸਾਨਾਂ ਦੀ ਮਦਦ ਦੇ ਨਾਲ ਇਹ ਆਰਡਰ ਹੋਰ ਲਵਾਂਗੇ ਵੀ ਫਿਰ ਅਗਲੇ ਸਾਲ ਜਿਵੇਂ 200 ਏਕੜ ਜਾਂ 400 ਏਕੜ ਜਿੰਨਾ ਵੀ ਫਾਰਮਰ ਦੀ ਡਿਮਾਂਡ ਹੋਈ ਉਸ ਤਰੀਕੇ ਨਾਲ ਫਿਰ ਉਹਦਾ ਆਰਡਰ ਵੱਧ ਲੈ ਹੋ ਜਾਂਦਾ ਹੁੰਦਾ। ਕੋਈ ਹੋਰ ਗੱਲ ਜਿਹੜੀ ਤੁਸੀਂ ਆਪਦੇ ਮਨ ਦੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹੋ ਵੀ ਤੁਹਾਡੇ ਨਾਲ ਕਿਵੇਂ ਉਹ ਜੁੜ ਕੇ ਕਮਾਈ ਕਰ ਸਕਦੇ ਆ ਜਾਂ ਕਿਵੇਂ ਉਹ ਆਪਦਾ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਅੱਜ ਰੇਟ ਰੂਟ ਜਿੰਨਾ ਮਿਲਦਾ ਕਣਕ ਦਾ ਜਾਂ ਝੋਨੇ ਦਾ ਵੀ ਖਾਸ ਤੌਰ 'ਤੇ ਉਦੋਂ ਜ਼ਿਆਦਾ ਖਰਚਾ ਹੋ ਜਾਂਦਾ। ਹਾਂਜੀ ਹਾਂ, ਤੁਹਾਡੇ ਨਾਲ ਮਿਲ ਕੇ ਉਹ ਕਿਵੇਂ ਆਪਦੇ ਆਪ ਨੂੰ ਥੋੜ੍ਹਾ ਜਿਹਾ ਰੋਟੀ ਚੰਗੀ ਖਾ ਸਕਦੇ ਆ? ਮਿਲ ਕੇ ਇਹੀ ਆ ਜਿਹੜਾ ਸਭ ਨਾਲੋਂ ਵੱਡਾ ਹੈਗਾ ਕਿਸਾਨ ਨੂੰ ਹੁੰਦਾ ਵੀ ਮੈਂ ਕੋਈ ਫਸਲ ਬੀਜਣੀ ਉਹਦੇ 'ਚ ਮੈਨੂੰ ਇਨਕਮ ਕਿੰਨੀ ਹੋਣੀ ਆ, ਪੈਸਾ ਕਿੰਨਾ ਆਉਣਾ, ਉਹ ਇਹ ਡੈਫੀਨੇਟਲੀ ਇਹਦੇ 'ਚ ਵੀ ਕਣਕ ਨਾਲੋਂ ਡਬਲ ਤੋਂ 3 ਗੁਣਾ ਤਾਂ ਆਰਾਮ ਨਾਲ ਇਹਦੇ 'ਚ ਹੋ ਜਾਂਦਾ। ਅਤੇ ਜੁੜਨ ਦਾ ਇਹ ਹੋ ਜੂਗਾ ਵੀ ਕਿਸਾਨ ਨੂੰ ਵੀ ਜਿਹੜੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ 2 ਵਾਰ ਹੋ ਗਈ ਉਹ ਵੀ ਮਨ ਦੇ ਵਿੱਚ ਡਰ ਨੇ ਜਿਹੜੇ, ਉਹ ਮੰਨ ਲਓ ਵੀ ਇਹ ਨਹੀਂ ਹੈਗਾ ਵੀ ਆਪਾਂ 4 ਏਕੜੇ ਲਾਉਣੇ ਆ, ਜਾਂ ਕਈ ਕਿਸਾਨ ਵੀ ਹੁੰਦੇ ਨੇ ਵੀ ਨਹੀਂ ਯਾਰ ਵੀ ਗੱਲਾਂ ਸੁਣ ਕੇ ਕਈ ਵਾਰ ਹੋ ਜਾਂਦਾ ਪ੍ਰਭਾਵਿਤ ਹੋ ਜਾਂਦਾ ਵੀ ਮੈਂ ਯਾਰ ਇਹਦੇ 4-5 ਏਕੜ ਲਾ ਦਿੰਦਾ, ਅਸੀਂ ਉਹਨੂੰ ਵੀ ਮਨਾ ਕਰ ਦਿੰਦੇ ਹਾਂ। ਅੱਛਾ, ਬਿਲਕੁਲ, ਕਿਉਂਕਿ ਅਸੀਂ 1 ਵਾਰ ਕੰਮ ਨਹੀਂ ਕਰਨਾ ਹੈਗਾ ਕਿਸਾਨ ਨਾਲ, ਮੈਂ ਹੁਣ ਖੁਦ ਕਿਸਾਨ ਹਾਂ, ਮੈਂ 2 ਕਨਾਲਾਂ ਤੋਂ 125 ਏਕੜ 'ਤੇ ਪਹੁੰਚਿਆ, ਮੈਨੂੰ ਪਤਾ ਵੀ ਅਸੀਂ ਕਿੱਦਾਂ ਆਏ ਹਾਂ ਨਾ, ਕੀ ਕਿਸਾਨ ਨੂੰ ਪ੍ਰੋਬਲਮ ਆਉਂਦੀ ਆ, ਵੀ ਕੋਸ਼ਿਸ਼ ਉਹ ਹੋਊਗੀ ਵੀ ਜਿਹੜੀ ਅਸੀਂ ਪ੍ਰੋਬਲਮਾਂ ਝੱਲੀਆਂ ਨੇ ਉਹ ਕਿਸਾਨ ਨੂੰ ਪ੍ਰੋਬਲਮ ਉਹ ਨਾ ਆਵੇ। ਬਿਲਕੁਲ, ਉਹ ਫਿਰ ਰਿਸਕ ਝੱਲਿਆ ਨਹੀਂ ਜਾਂਦਾ? ਹਾਂਜੀ ਹਾਂ, ਕਈ ਵਾਰ ਕੋਈ ਚੱਕਰ ਬਿਲਕੁਲ, ਕਈ ਵਾਰ ਮੌਸਮ ਦਾ ਹੋ ਜਾਵੇ, ਕਿਉਂਕਿ ਮੌਸਮ ਨਾਲ ਵੀ ਫਰਕ ਪੈ ਜਾਂਦਾ, ਜਿੱਦਾਂ ਦੂਜੀਆਂ ਫਸਲਾਂ ਦੇ ਝਾੜ ਘੱਟਦੇ ਵੱਧਦੇ ਨੇ, ਉੱਦਾਂ ਫਿਰ ਇਹ ਮੌਸਮ ਦੇ ਨਾਲ ਫੁੱਲਾਂ ਦਾ ਵੀ ਵਾਧਾ ਘੱਟਦਾ। ਇਹ ਤਾਂ ਗੱਲ ਤੁਹਾਡੀ ਸਹੀ ਹੈ, ਇਹਦੇ ਤਾਂ ਆਪਾਂ ਕੁਝ ਮਤਲਬ ਅਸੀਂ ਕੋਸ਼ਿਸ਼ ਹੋਊਗੀ ਵੀ ਕਿਸਾਨ ਨੂੰ ਵੱਧ ਤੋਂ ਵੱਧ ਕਿਸਾਨਾਂ ਨੂੰ ਆਪਣੇ ਨਾਲ ਜੋੜੀਏ, ਅਤੇ ਵੱਧ ਤੋਂ ਵੱਧ ਕਿਸਾਨਾਂ ਦੀ ਜਿਹੜੀ ਆਮਦਨ ਵਧਾਈਏ। ਪਹਿਲੇ ਸਾਲ ਅਸੀਂ ਉਹਨਾਂ ਨੂੰ ਮਤਲਬ ਜੇ ਕੋਈ 10 ਕਿੱਲਿਆਂ ਦੀ ਖੇਤੀ ਕਰਦਾ ਜ਼ਿਆਦਾ ਤੋਂ ਜ਼ਿਆਦਾ 1 ਏਕੜੇ ਉਹਨਾਂ ਤੋਂ ਕਰਵਾਵਾਂਗੇ। ਬਹੁਤ ਸਾਰੇ ਕਿਸਾਨ ਨੇ ਸਾਨੂੰ ਆਉਂਦੇ ਨੇ, ਫੋਨ ਆਉਂਦੇ ਨੇ ਵੀ ਮੈਂ 4 ਏਕੜ ਲਾਉਣੇ ਆ, 5 ਏਕੜ ਲਾਉਣੇ ਆ, ਪਰ ਨਹੀਂ ਅਸੀਂ ਜਵਾਬ ਦੇ ਦਿੰਦੇ ਹਾਂ ਵੀ ਜੇ ਬੰਦੇ ਕਿਸਾਨ ਸਮਝਦਾ ਇਹ ਗੱਲ ਨੂੰ ਫਿਰ ਤਾਂ ਠੀਕ ਆ, ਨਹੀਂ ਉਹਨਾਂ ਨੂੰ ਕਹਿ ਦਿੰਦੇ ਵੀ ਹੋਰ ਕੰਪਨੀਆਂ ਬਹੁਤ ਨੇ ਤੁਸੀਂ ਉਹਨਾਂ ਨਾਲ ਕਰ ਲਓ। ਨਹੀਂ ਬਾਈ, ਬਹੁਤ ਵਧੀਆ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਇੱਕ ਆਖਰੀ ਸਵਾਲ ਹੈ, RTS ਦਾ ਕੀ ਮਤਲਬ ਹੈ? RTS ਸਰ ਆਪਾਂ ਨੇ ਕੰਪਨੀ ਬਣਾਈ ਹੈ ਨਾ ਆਪਣੀ, ਇਹ RTS ਫਲਾਵਰ, ਕਿਉਂ ਐਕਸਪੋਰਟ ਕਰਨ ਵਾਸਤੇ ਆਪਾਂ ਨੂੰ ਕਾਫੀ ਫਾਰਮੈਲਿਟੀਜ਼ ਕਰਨੀ ਪੈਂਦੀਆਂ ਨੇ, ਉਹਦੇ ਐਕਸਪੋਰਟ ਦੇ ਲਾਇਸੈਂਸ ਲੈਣੇ ਪੈਂਦੇ ਨੇ, GST ਨੰਬਰ ਲੈਣਾ ਪੈਂਦਾ, ਹੋਰ ਫਾਰਮੈਲਿਟੀਜ਼ ਨੇ ਕਾਫੀਆਂ। ਉਹ ਫਿਰ ਮੇਰੇ ਬੇਟੇ ਦਾ ਨਾਮ ਆ ਰਿਪੂ ਦਮਨ ਠਾਕਰ ਸਿੰਘ ਸੋਹੀ। ਅੱਛਾ, ਉਹਦੇ ਬੇਟੇ ਦੇ ਨਾਮ 'ਤੇ RTS ਫਲਾਵਰ ਥੱਲੇ ਤੁਸੀਂ ਪ੍ਰਾਊਡ ਟੂ ਬੀ ਏ ਫਾਰਮਰ। ਕਿਆ ਬਾਤ ਹੈ, ਹਾਂ, ਮਤਲਬ ਹਮੇਸ਼ਾ ਮਤਲਬ ਮਾਣ ਆ ਕਿਸਾਨ ਹੋਣ 'ਤੇ। ਹਾਂਜੀ ਹਾਂ।
ठीक है, आपां नूं लग गया पता खेती 'चों तां की बचदा की नहीं बचदा, पर जिहड़े किसान वक्खरे किस्म की खेती करदे जिवें इह करदे आ रहे आ, होर भी अपने किसान करदे आ, जेकर किसे नूं कोई तजर्बा नवां करना चाहुंदा तां मेरे हिसाब नाल जरूर जुड़ना चाहिए उन्हां नूं। उहदे नाल की होऊगा कि तुसीं जे जिन्ने क पैसे जिहड़े हैगे आ आपदी आम खेती 'चों कमाओगे उदों थोड़ा जिहा वध कमा लोगे। आपां इह नहीं कहिंदे वी तुसीं लखां रुपये कमा लोगे जां इन्ने, पर तजर्बा जरूर नवां करना चाहिए, उहदे नाल तुहानूं फायदा होऊगा। तो जिमें बई ने कहा कि अपने लिए यह बहुत चंगी गल है कि जोड़ा बीज है वो सिर्फ इधर ही तैयार होंगे, तो आप जेकर इस चीज़ की अपने को मनोपली हैगी आप यूरोप के भेजते हैं तो चंगी गल, अपना जो एक्सपोर्ट वो भी वधूगा तो कमाई भी होगी। धन्यवाद।